ਫਿਰੋਜ਼ਪੁਰ ਦੇ ਜ਼ਿਲ੍ਹੇ ਦੇ ਥਾਣਾ ਲੋਖੋਂ ਦੇ ਬਹਿਰਾਮ ਅਧੀਨ ਪੈਂਦੇ ਪਿੰਡ ਗੱਤੀ ਮੜਤ ਵਿਖੇ ਇੱਕ ਘਰ 'ਚ ਛਾਪੇ ਮਾਰਨ ਕਰਨ ਗਈ ਐਕਸਾਈਜ਼ ਵਿਭਾਗ ਅਤੇ ਸ਼ਰਾਬ ਦੇ ਠੇਕੇਦਾਰਾਂ ਦੀ ਟੀਮ ਨੂੰ ਪਿੰਡ ਵਾਸੀਆਂ ਨੇ ਘੇਰ ਲਿਆ ਅਤੇ ਜੱਟਵੇਂ ਵਿਰੋਧ ਕਾਰਨ ਟੀਮ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ। ਸਥਿਤੀ ਵਧੇਰੇ ਤਣਾਅਪੂਰਨ ਹੁੰਦੀ ਦੇਖ ਕੇ ਐਕਸਾਈਜ਼ ਵਿਭਾਗ ਦੀ ਟੀਮ ਨੂੰ ਵੀ ਥਾਣਾ ਲੋਖੋਂ ਕੇ ਬਹਿਰਾਮ ਦੀ ਪੁਲਿਸ ਨੂੰ ਬੁਲਾਉਣਾ ਪਿਆ। ਮਾਮਲਾ ਜੀ ਮੈਨੂੰ ਤਾਂ ਇੱਥੋਂ ਮੇਰੇ ਬੱਚੇ ਨੇ ਦੱਸਿਆ ਜੀ ਬਾਹਰ ਨਾਲ ਪੁਲਿਸ ਦੀਆਂ ਗੱਡੀਆਂ ਆਈਆਂ ਜੋ ਕਿ ਮੇਰੇ ਚਾਚਾ ਜੀ ਦੇ ਸਕੇ ਲੜਕੇ ਆ। ਮੈਂ ਉਧਰੋਂ ਆਇਆ ਜੀ, ਮੈਂ ਇਹਨਾਂ ਨੂੰ ਮੁਲਾਜ਼ਮ ਪੁੱਛਿਆ ਜੀ ਹਾਂਜੀ ਕਿਸ ਤਰ੍ਹਾਂ, ਕਹਿੰਦੇ ਜੀ ਅਸੀਂ ਤਲਾਸ਼ੀ ਲੈਣੀ ਆ। ਮੈਂ ਇਹਨਾਂ ਨੂੰ ਇਹ ਕਿਹਾ ਜੀ ਤੁਸੀਂ ਤਲਾਸ਼ੀ ਲੈਣੀ, ਕੋਈ ਨੰਬਰਦਾਰ ਜਾਂ ਸਰਪੰਚ ਪਿੰਡ ਦਾ ਮੈਂਬਰ ਆਏ ਨਹੀਂ ਜੀ ਤੁਸੀਂ ਬੁਲਾਉਣਾ ਗਾ, ਤੁਸੀਂ ਤਲਾਸ਼ੀ ਲੈਣੀ ਆ, ਤੁਸੀਂ ਲੈ ਕੇ ਆਉਣਾ। ਠੀਕ ਆ ਜੀ, ਇੰਨੀ ਗੱਲ ਹੋਈ। ਚਲੋ ਮੈਂ ਇਹਦਾ ਫੋਨ ਲੈਣ ਘਰੋਂ ਗਿਆ, ਚਲਾ ਸਾਡੀ ਬੇਟੀ ਅੰਦਰ ਇਕੱਲੀ ਬੈਠੀ ਸੀ। ਠੀਕ ਆ ਜੀ, ਇਹਨਾਂ ਦੇ ਜਿਹੜੇ ਮੁਲਾਜ਼ਮ ਬਾਹਰ ਖੜੇ ਆ ਜਿਹਨਾਂ ਦੇ ਇਹਨਾਂ ਨਾਲ ਕਟਵਾੜ, ਇਹਨਾਂ ਦੇ ਨਾਲ 15 ਗੁੰਡੇ ਆਏ ਜੀ ਜਿਹੜੇ ਭੱਜ ਕੇ ਸਾਡੇ ਅੰਦਰ ਚਵੜ ਗਿਆ। ਠੇਕੇਦਾਰ ਹੈਗੇ ਕਿੱਥੋਂ? ਠੀਕ ਆ, ਇਹ ਠੇਕੇਦਾਰ ਦਾ ਸਾਨੂੰ ਨਹੀਂ ਪਤਾ ਜੀ, ਨਾ ਉਹਨਾਂ ਦਾ ਪ੍ਰੂਫ ਕਾ ਆ ਸੀ ਸਾਡਾ, ਅਸੀਂ ਕਿੱਥੋਂ ਦੇ ਆ, ਨਾ ਸਾਨੂੰ ਦੱਸਿਆ ਵੀ ਸਾਡਾ ਕਿੰਨੇ ਜਣੇ ਸੀ ਨਾਲ ਪੁਲਿਸ ਦੇ। ਕਮ ਸੇ ਕਮ 15 ਜਣੇ ਸੀ ਪੁਲਿਸ ਤੋਂ ਬਿਨਾਂ ਬਿਨਾਂ ਜੀ। ਕਿਵੇਂ ਲੰਘ ਕੇ? ਪੰਜ ਗੱਡੀਆਂ ਤੇ ਆਏ ਜੀ। ਕਿਵੇਂ ਲੰਘ ਕੇ? ਕਿਵੇਂ ਆਏ ਘਰੋਂ? ਮੰਨ ਕੇ ਚਲੋ ਬਾਹਰੋਂ ਗੇਟ ਵੱਜਾ ਸੀ ਸਾਡਾ, ਗੇਟ ਖੋਲ ਗਏ। ਠੀਕ ਹੈ ਜੀ, ਕੰਧ ਟੱਪੇ ਗੇਟ ਖੋਲ ਗਏ, ਤਕਰੀਬਨ 15 ਜਣੇ ਸੀ ਵੀ ਕਰੋਨਾ ਦੇ ਤਾਂ ਲੱਗਦਾ ਨਹੀਂ ਵੀ ਜਿੱਦਾਂ ਕੈਪਟਨ ਸਾਹਿਬ ਨੇ ਤਕਰੀਬਨ ਮੁਲਾਜ਼ਮਾਂ ਸਮੇਤ 25 ਬੰਦੇ ਅੰਦਰ ਆਏ ਜੀ। ਘਰ ਦੇ ਵਿੱਚ ਕੋਈ ਤੁਹਾਡੇ ਆਦਮੀ ਹੈਗੇ ਸੀ? ਨਾ ਜੀ ਕੋਈ ਨਹੀਂ ਜੀ, ਜੋ ਜਿਹੜੇ ਘਰ ਵਾਲੇ ਸੀ ਉਹ ਤਾਂ ਘਰੇ ਹੈ ਹੀ ਨਹੀਂ ਸੀ, ਉਹ ਤਾਂ ਆਏ ਬਾਅਦ 'ਚ ਜੀ। ਠੀਕ ਆ ਜੀ, ਉਹਨਾਂ ਦਾ ਵਿਰੋਧ ਕਰਨ ਤੇ ਇਹਨਾਂ ਦੇ ਇੱਕ ਦੂਜਾ ਕਿੰਨਾ ਦਾ ਜਿਹੜਾ ਪੁਲਿਸ ਵਾਲਾ ਨਾ ਇਹਨਾਂ ਦਾ ਦੂਜਾ ਠੇਕੇਦਾਰ ਦਾ ਮੁਲਾਜ਼ਮਾਂ ਕਰਿੰਦਾ ਉਹਨੇ ਆ ਦੇਖ ਯਾਰ ਮੇਰੇ ਇੱਥੇ ਡਾਂਗ ਭਰੀ ਆ। ਠੀਕ ਆ ਜੀ, ਆ ਪਿੰਡਾਂ ਦੇ ਮੌਜੂਦ ਖੜੇ ਆ ਜੀ, ਅਸੀਂ ਇੱਥੋਂ ਖੋਏ ਆਏ। ਹਾਂ ਜੀ, ਤੇ ਇਹਨਾਂ ਰੋਲ ਕਰਨ ਤੇ ਮਾਰਿਆ ਜੋ ਮੈਂ ਸਿੱਧਾ ਮਾਰ ਦੇਗਾ, ਆ ਮੈਂ ਖੋਇਆ ਇੱਥੋਂ ਬੜੇ ਜ਼ੋਰ ਨਾਲ। ਹਾਂ ਜੀ, ਅਸੀਂ ਦੋਵੇਂ ਭਰਾ ਘਰੇ ਹੈ ਨਹੀਂਗੇ। ਠੀਕ ਆ ਜੀ, ਇਹ ਠੇਕੇਦਾਰ ਆਏ ਨੇ ਨਾਲ ਮੁਲਾਜ਼ਮ, ਸਾਡੇ ਕੰਧਾਂ ਟੱਪ ਕੇ ਘਰੇ ਗਏ ਆ ਜੀ। ਘਰੇ ਜਾ ਕੇ ਇਹਨਾਂ ਨੇ ਜਨਾਨੀਆਂ ਘਰੇ ਇਕੱਲੀਆਂ ਨੇ ਅੰਦਰ ਵੜ ਕੇ ਦਾਦਾ ਆਹ ਸ਼ਾ ਕੱਢ ਆਹ ਕੱਢਦਾ, ਪੀਪੀਆਂ ਕੱਢ ਲਈਆਂ, ਇੱਕ ਸਗਲਾ ਪਿਆ ਸੀ ਸਾਡਾ, ਉਹ ਚੱਕ ਕੇ ਉੱਤੇ ਬੱਠਲ ਬਾਹਰ ਪਏ ਹੁੰਦੇ ਆ ਉਹ ਰੱਖ ਕੇ ਵੀਡੀਓ ਬਣਾਉਣ ਲੱਗ ਗਏ ਜੀ। ਸਮਾਨ ਸਾਡਾ ਸਾਰਾ ਖਿਲਾਰਤਾ ਅੰਦਰ ਇਹਨਾਂ ਜੀ। ਠੀਕ ਆ ਜੀ, ਇਹਨਾਂ ਨੇ ਚੱਕ ਕੇ ਸਾਡੇ ਪਿੰਡ ਵਾਲੇ ਭੱਜੇ ਭੁੱਜੇ ਆ ਵੀ ਸਾਰੇ ਆਏ ਆ, ਇਹਨਾਂ ਆਣ ਕੇ ਵੇਖਿਆ ਵੀ ਆਹ ਕੀਤੀ ਆਉਂਦੇ ਆ, ਫਿਰ ਇਹ ਉਹਨਾਂ ਨੇ ਠੇਕੇਦਾਰ ਨਾਲ ਮਾੜੀ ਮੋੜ ਫੈਬਾਜ਼ੀ ਹੋਈ ਆ, ਮਾੜੀ ਜੀ ਖੈਬਾਜ਼ੀ ਹੋਈ ਆ। ਮੁਲਾਜ਼ਮਾਂ ਨੂੰ ਕਿਸੇ ਨੂੰ ਕੁਛ ਨਹੀਂ ਹੋਇਆ, ਕੋਈ ਬੋਲਿਆ ਨਹੀਂ। ਕਿੰਨੇ ਜਣੇ ਹੈਗੇ ਸੀਗੇ ਤੇ ਕਿਵੇਂ ਲੰਘ ਕੇ ਆਏ ਨੇ? ਗੱਡੀਆਂ ਜੀ ਇਹਨਾਂ ਦੀਆਂ 5 ਸੀ, 5 ਗੱਡੀਆਂ, ਇਹ ਹੋਣਗੇ 25-30 ਜਣੇ ਹੋਣਗੇ ਜੀ। ਕਿਵੇਂ ਲੰਘੇ ਨੇ ਅੰਦਰ? ਕੰਧ ਟੱਪੇ ਆ ਜੀ। ਘਰ 'ਚ ਬੰਦੇ ਹੈਗੇ ਸੀਗੇ? ਬਿਲਕੁਲ ਨਹੀਂ, ਅਸੀਂ ਦੋਵੇਂ ਭਰਾ ਹੈ ਨਹੀਂਗੇ। ਕੌਣ ਕੌਣ ਸੀ ਘਰ? ਘਰ ਜੀ ਇਕੱਲੀਆਂ ਸਾਡੀਆਂ ਜਨਾਨੀਆਂ ਸੀ। ਤੇ ਪਿੰਡ ਵਾਸੀਆਂ ਨੇ ਉਹਨਾਂ ਦਾ ਵਿਰੋਧ ਕੀਤਾ? ਹਾਂਜੀ, ਪਿੰਡ ਵਾਲਿਆਂ ਨੇ ਵਿਰੋਧ ਕੀਤਾ, ਸਾਨੂੰ ਫੋਨ ਗਿਆ, ਮੈਂ ਲੱਖੋਗਾ ਤੋਂ ਆਇਆ, ਸਰਪੰਚ ਜਿਹੜਾ ਵੱਡਾ ਬੇਲੀ ਉਹ ਆਇਆ ਗੁਰੂ ਸਾਹਿਬ ਤੋਂ। ਹੁਣ ਇਸ ਵੇਲੇ ਦੀ ਕੀ ਸਥਿਤੀ ਹੈ? ਇਸ ਵੇਲੇ ਦੀ ਇਹ ਜੀ ਆ ਵੇਖੋ ਜੀ, ਹੁਣ ਰੱਛ ਵੇਖ ਲਓ ਕਿੰਨਾ ਹੈ, ਸੜਕ ਤੇ ਜਾਂਦਿਆਂ ਦਾ ਇਹ ਆਪਾਂ ਨੂੰ ਰੋਕਦੇ ਆ ਵੀ ਕਰੋਨਾ ਹੈ ਜੀ, ਕਰੋਨਾ ਹੈ, ਇੱਥੇ ਕਰੋਨਾ ਹੈ ਨਹੀਂਗਾ ਜੀ, ਇੱਥੇ ਰੱਛ ਆਪ ਕੀਤੀ ਖੜੇ। ਤਲਾਸ਼ੀ ਦੌਰਾਨ ਇਹਨਾਂ ਨੂੰ ਕੁਝ ਮਿਲਿਆ ਵੀ? ਕੁਝ ਨਹੀਂ ਮਿਲਿਆ ਜੀ, ਇਹ ਉੱਤੋਂ ਆਪਦੇ ਮੂੰਹ ਕਹਿੰਦੇ ਆ ਵੀ 3 ਪੈਪਸੀਆਂ, ਅਸੀਂ ਆਖਿਆ ਵੀ ਸਾਡੀ ਬਰਾਮਦ ਕਰਾ ਕੇ ਸਾਨੂੰ ਦੇ ਕੇ ਜਾਓ, ਵੀ 3 ਪੈਪਸੀਆਂ ਤੁਸੀਂ ਕਹਿੰਦੇ ਜੇ ਵੀ ਸਾਡੀ ਬਰਾਮਦ ਦੋ, ਸਾਨੂੰ ਇੱਥੇ ਵਿਖਾ ਕੇ ਜਾਣ, ਫਿਰ ਗੱਲ ਠੀਕ ਹੈ, ਫਿਰ ਸਾਡੀ ਠੀਕ ਹੈ ਗੱਲ। ਮੌਜੂਦਗੀ ਚ ਆਇਆ ਪਤਾ ਨਹੀਂ ਕੀ ਆਇਆ ਕੀ ਨਹੀਂ ਆਇਆ। ਠੀਕ ਹੈ ਜੀ, ਸਾਡੀ ਗੈਰ ਮੌਜੂਦਗੀ ਚ ਆਇਆ, ਰੱਖਿਆ ਜੋ ਕਿ ਰੱਖਿਆ, ਕੋਈ ਸ਼ਰਾਬ ਨਹੀਂ ਪੀਤੀ। ਤੁਹਾਡੇ ਸੱਟ ਕਿਵੇਂ ਲੱਗੀ ਜੀ? ਸੱਟ ਜੀ ਜਦੋਂ ਇਹਨਾਂ ਦਾ ਅਸੀਂ ਵਿਰੋਧ ਕੀਤਾ, ਹਾਂਜੀ ਕਰੋਨਾ ਕਰਕੇ ਤੁਸੀਂ ਕਿਉਂ ਆਏ ਜੀ ਮੁੰਡੇ ਦੇ? ਆ ਸੁੰਬਾ, ਅਸੀਂ ਉਹਨੂੰ ਪੁੱਛਣ ਲੱਗੇ ਆ, ਆ ਸੁੰਬਾ ਆਪ ਮਾਰਿਆ ਜੀ, ਜ਼ੋਰ ਨਾਲ ਮਾਰਿਆ ਤੇ ਫਿਰ ਮੈਂ ਖੋਇਆ ਜੀ। ਹਾਂਜੀ ਇਹ ਜੀ, ਹੁਣ ਮੈਂ ਤੁਹਾਨੂੰ ਬਹੁਤੀ ਡਿਟੇਲ ਨਹੀਂ ਦੱਸ ਸਕਦਾ, ਤੇ ਸ਼ਰਾਬ ਦੀ ਰੇਡ ਵਾਸਤੇ ਆਏ ਸੀ ਤੇ ਉਸ ਕਰਕੇ ਥੋੜ੍ਹਾ ਬਹੁਤਾ ਜਿਹੜਾ ਹੱਥੋਂ ਪਾਈ ਹੋਈ ਆ। ਪਿੰਡ ਵਾਲਿਆਂ ਦਾ ਜਾਂ ਘਰ ਵਾਲਿਆਂ ਦਾ ਕਹਿਣਾ ਕਿ ਘਰ ਦੇ ਵਿੱਚ ਕੋਈ ਵੀ ਮੈਂਬਰ ਨਹੀਂ ਸੀ, ਨਾਲ ਹੀ ਜਿਹੜੀ ਟੀਮ ਆਈ ਨਾਲ ਕੋਈ ਨੰਬਰਦਾਰ ਪੰਚਾਇਤ ਮੈਂਬਰ ਆਦਿ ਨਹੀਂ ਲਿਆ? ਨਹੀਂ ਜੀ, ਆਂਢੀ ਗੁਆਂਢੀ ਸੀਗੇ ਉੱਥੇ ਮੌਜੂਦਾ ਮੌਕੇ ਤੇ ਜਦੋਂ ਅਸੀਂ ਸਰਚ ਕੀਤਾ। ਆਪਨੇ ਕਿਹਾ ਕਰੋਨਾ ਦੇ ਵਿੱਚ ਤੁਸੀਂ ਇੰਨਾ ਇਕੱਠ ਨਹੀਂ ਕਰਨਾ, ਤੁਸੀਂ 10 ਗੱਡੀਆਂ ਲੈ ਕੇ ਆਏ। ਨਹੀਂ ਨਹੀਂ ਇਕੱਠ ਨਹੀਂ, ਸਾਨੂੰ ਇਹ ਵੀ ਹਦਾਇਤਾਂ ਵੀ ਸ਼ਰਾਬ ਦੀ ਲਗਾਤਾਰ ਤੁਸੀਂ ਤਸਕਰੀ ਦੀ ਜਾਂ ਜੋ ਕੋਈ ਤੁਹਾਨੂੰ ਮੁਖਬਰੀ ਆਉਂਦੀ ਹੈ ਉਹਦੀ ਤੁਸੀਂ ਨਿਗਾਹ ਰੱਖਣੀ ਹੈ, ਇਸ ਕਰਕੇ ਸਰਕਾਰ ਦੀਆਂ ਹਦਾਇਤਾਂ ਤੇ ਹੀ ਅਸੀਂ ਇੱਥੇ ਆਏ ਸੀ। ਇਹ ਵੀ ਇਲਜ਼ਾਮ ਲਾਏ ਜਾ ਰਹੇ ਨੇ ਕੰਧਾਂ ਟੱਪ ਕੇ ਆਏ ਨੇ 20-25 ਜਣੇ ਨੇ? ਬਿਲਕੁਲ ਨਹੀਂ ਜੀ, ਬਿਲਕੁਲ ਨਹੀਂ, ਕੋਈ ਕੰਧ ਨਹੀਂ ਟੱਪੀ ਜੀ, ਗੇਟ ਖੋਲੋ ਜੀ। ਹਾਂਜੀ ਮੁਲਾਜ਼ਮ ਸਾਹਿਬ ਕੋਲ ਆ, ਮੈਂ ਇਹਨਾਂ ਨੂੰ ਆਉਂਦਿਆਂ ਪੁੱਛਿਆ ਜੀ ਮੂੰਹ ਤੇ ਗੱਲ, ਮੈਂ ਕੋਈ ਨੰਬਰਦਾਰ ਕੋਈ ਸਰਪੰਚ? ਇਹਨਾਂ ਕਹਿ ਜੀ ਨਹੀਂ। ਠੀਕ ਆ ਜੀ, ਇਹ ਬਾਹਰ ਖੜੇ ਆ ਪਰ ਇਹਨਾਂ ਦੇ ਜਿਹੜੇ ਉਹ ਨਾਲ ਸੀ ਜਿਹੜੇ ਗੁੰਡੇ ਇਹਨਾਂ ਦੇ ਜੀ, ਉਹ ਸਾਡੇ ਬੰਦਾ ਕੋਈ ਵੀ ਨਹੀਂ, ਪਿੰਡ ਦਾ ਬੰਦਾ ਮੌਕੇ ਤੇ ਕੋਈ ਵੀ ਨਾਲ ਨਹੀਂ, ਜਿਹੜੇ ਉਹਨਾਂ ਵੱਲੋਂ ਇਲਜ਼ਾਮ ਲਾਏ? ਨਹੀਂ ਜੀ, ਪਿੰਡ ਵਾਲੇ ਨਾਲ ਆਂਢੀ ਗੁਆਂਢੀ ਸੀਗੇ, ਇਹ ਵੀ ਨਾਲ ਸੀ, ਤੁਸੀਂ ਵੀ ਨਾਲ ਸੀ। ਨਹੀਂ ਨਹੀਂ ਮੌਕੇ ਤੇ
ਅਸੀਂ ਛਡਾਉਣ ਆਏ ਜੀ। ਐਸਐਚਓ ਸਾਹਿਬ ਤੁਸੀਂ ਸੌਂ ਖਾ ਕੇ ਆਂਦੇ ਜੇ ਵੀ ਪਿੰਡ ਦਾ ਪੰਚਾਇਤੀ ਬੰਦਾ ਕੋਈ ਨਾ ਹੈਗਾ ਸੀ। ਕਮਰੇ ਚ ਵੜਿਆ ਪੰਚਾਇਤੀ ਬੰਦਾ ਨਹੀਂ ਮੈਂ ਕਹਿ ਰਿਹਾ, ਆਂਢੀ ਗਵਾਂਢੀ ਦਾ ਬੁਲਾਇਆ ਨਾ ਸੀ। ਆਂਢੀ ਗਵਾਂਢੀ ਦੇ ਕੇ ਛਡਾਉਣ ਆਏ ਆ। ਆਂਢੀ ਗਵਾਂਢੀ ਦੇ ਸਾਡੇ ਚੱਕੂ ਹੈਗਾ ਤੇ ਦੱਸੋ ਕੋਈ ਮੁਖਬਰੀ ਦੇ ਸਾਹਿਬ ਆਈ ਮਾਰੀ ਅਸੀਂ ਇਹ ਗੱਲ ਕਹੀਏ ਪਹਿਲਾਂ ਵੀ ਕਹਾਂ ਨਾਲੇ ਮਾਲਕ ਘਰੇ ਆਣੀ ਅਸੀਂ ਨਹੀਂ ਆਉਣਾ। ਮੁਖਬਰੀ ਦੇ ਮੁਲਾਜ਼ਮ ਨੇ ਇਹਲੇ ਭਾਂਡੇ ਚੁੱਕ ਚੁੱਕ ਲਿਆਉਂਦਾ ਰਿਹਾ ਕੋਈ ਸ਼ਹਿਰ ਕਿਹਦੇ ਵਿੱਚੋਂ ਤੁਹਾਡੇ ਮੁਲਾਜ਼ਮ ਨੇ ਤਿੰਨਾਂ ਬੰਦਿਆਂ ਨੂੰ ਆਵਾਜ਼ ਮਾਰੀ ਬਤਾਏ ਮੁਖਬਰੀ ਦੇ ਤਾਂ ਸਾਨੂੰ ਆਉਣਾ ਪੈਂਦਾ ਜੀ। ਦੇਖੋ ਕੋਈ ਇਸ ਵੇਲੇ ਬਰਾਮਦਗੀ ਵੀ ਹੋਈ ਆ? ਹਾਂਜੀ ਥੋੜੀ ਬਹੁਤੀ ਸ਼ਰਾਬ ਮਿਲੀ ਹੈ ਜੀ। ਕਿੰਨੀ ਹੈ ਜੀ? ਕੋਈ ਹੋਣੀ ਆ ਦੋ ਤਿੰਨ ਪੈਸਿਆਂ। ਕੋਈ ਨੀ ਬੱਚੇ ਸਾਡੇ ਘਰ ਨਹੀਂ ਸੀ, ਤੂੜੀ ਤੰਦ ਦਾ ਟਾਈਮ ਸੀ, ਬਾਹਰ ਗਏ ਨੇ ਇਹ ਆਣ ਕੇ ਅੰਦਰ ਵਰਗੇ ਕੰਧਾਂ ਟੱਪ ਕੇ ਆਏ ਨੇ, ਤਲਾਸੀ ਸ਼ੁਰੂ ਕਰ ਦਿੱਤੀ ਹੈ, ਅੰਦਰਾਂ ਕੁੰਡੀਆਂ ਨਾਪ ਲਾਈਆਂ ਨੇ, ਧੱਕੇ ਮਾਰ ਕੇ ਇਹ ਜ਼ਬਰਦਸਤ ਅੰਦਰ ਵੜੇ ਨੇ। ਇਹ ਆਉਂਦੇ ਸੀ ਇਹਨਾਂ ਕੋਈ ਸ਼ਰਾਬ ਹੈ, ਸ਼ਰਾਬ ਸਾਡੀ ਫੜੀਚੀ ਹੈ, ਇਹਨਾਂ ਕੋਈ ਦੱਸਣ ਇਹਨਾਂ ਸਾਡੀ ਸ਼ਰਾਬ ਫੜੀ ਹੈ, ਜੇ ਸ਼ਰਾਬ ਸਾਡੀ ਫੜੀ ਹੈ ਮੌਕੇ ਤੇ ਸਾਨੂੰ ਇੱਥੇ ਵਿਖਾ ਕੇ ਫਿਰ ਜਾਣਾ। ਕਿੰਨੇ ਜਣੇ ਗਏ ਸੀ? ਚੌਖੇ ਜਣੇ ਸੀ ਅਸੀਂ, ਜਾਮ ਚ ਜੀ ਜ਼ਿਆਦਾ ਸੀ। ਕਿੰਨੀਆਂ ਗੱਡੀਆਂ ਚਾਹੀਦੀਆਂ? ਗੱਡੀਆਂ 6 ਆਈਆਂ ਨੇ, ਸੱਤ ਅੱਠ ਗੱਡੀਆਂ, ਅੱਠ ਗੱਡੀਆਂ ਆਈਆਂ ਨੇ ਤੇ ਕੁਛ ਭੱਜ ਗਏ ਨੇ ਤੇ ਕੁਛ ਅਸੀਂ ਇੱਥੋਂ ਜਾਣ ਨਹੀਂ ਦਿੱਤੇ। ਅੱਗੇ ਤੋਂ ਲੈ ਕੇ ਸਾਡੇ ਪਿੰਡ ਦੇ ਵਿੱਚ ਇਵੇਂ ਆਉਣ, ਸਾਡੇ ਬੰਦੇ ਘਰ ਹੋਣ ਨਾ ਹੋਣ, ਅਸੀਂ ਪੁਲਿਸ ਵਾਲਾ ਕੋਈ ਠੇਕੇਦਾਰ ਸੁੱਕਾ ਜਾਣ ਨਹੀਂ ਦੇਣਾ। ਅਸੀਂ ਇੱਥੇ ਜੋ ਸਾਥੋਂ ਕਾਰਵਾਈ ਹੋਈ ਅਸੀਂ ਉਹੀ ਕਰਨੀ ਹੈ। ਕੰਧਾਂ ਟੱਪ ਕੇ ਵੜੇ ਨੇ, ਕੰਧਾਂ ਟੱਪ ਕੇ ਵੜੇ ਨੇ, ਕੰਧਾਂ ਟੱਪ ਕੇ ਵੜੇ ਨੇ, ਗੇਟ ਸਾਡੇ ਬੰਦ ਨੇ, ਨਾ ਕੰਧਾਂ ਟੱਪੀਆਂ ਨੇ, ਅੰਦਰੋਂ ਜਾ ਕੇ ਗੇਟ ਦੇ ਕਮਰਿਆਂ ਦੇ ਬੂਹੇ ਨੱਖੋ ਦਾ ਕੁੰਡੇ ਜਾ ਕੇ ਖੋਲੇ ਨੇ, ਲੱਗੀਆਂ ਨੇ। ਹਾਂਜੀ ਮੁੰਡੇ ਨੂੰ ਮਾਰਿਆ ਹੈ, ਇੱਕ ਸਾਡੇ ਮੁੰਡੇ ਦੀ ਇੰਨਾ ਪੁਲ ਜਾਂਦਿਆਂ ਜਾਂਦਿਆਂ ਠੇਕੇਦਾਰ ਨੇ ਤੇ ਇੱਟ ਮਾਰੀ ਹੈ, ਸਾਡੇ ਮੁੰਡੇ ਦੀਆਂ ਇੱਕ ਦੀਆਂ ਉਂਗਲਾਂ ਤੇ ਸੱਟ ਲੱਗੀ ਹੈ, ਕੰਧਾਂ ਟੱਪ ਕੇ ਗਏ ਨੇ। ਇਹਨਾਂ ਦਾ ਕੰਮ ਕੀ ਹੈ? ਕਿਉਂ ਕੰਧਾਂ ਟੱਪ ਕੇ ਗਏ ਨੇ ਸਾਡੀਆਂ? ਠੇਕੇਦਾਰਾਂ ਦੇ ਨਾਲ ਪੰਜਾਬ ਪੁਲਿਸ ਦੀ ਟੀਮ ਰੇਡ ਕਰਨ ਆਈ ਸੀ, ਸਾਬਕਾ ਸਰਪੰਚ ਸੁੱਚਾ ਸਿੰਘ ਸਾਨੂੰ ਸ਼ਮਸ਼ੇਰ ਸਿੰਘ, ਦੋਵਾਂ ਪਾਰਟੀਆਂ ਵਿੱਚ ਤਕਰਾਰ ਹੋਇਆ ਸੀ, ਦੋਵਾਂ ਪਾਰਟੀਆਂ ਨੂੰ ਸਮਝਾ ਕੇ ਮਾਮਲਾ ਸ਼ਾਂਤ ਕਰਾ ਕੇ ਸੁਲਝਾ ਲਿਆ। ਨਹੀਂ ਕੋਈ ਅਜੇ ਸ਼ੋਅ ਨਹੀਂ ਹੋ ਰਿਹਾ।